72 साल दे 47 तो बाद दे समय में पहली बार होया के सरकार उस जगह ते गई जिथे सिखा ने मोर्चा लाया होया सी। कुंवर विजय प्रताप सिंह दी सिट ने यह स्पष्ट किया है कि बादल सुखबीर बादल ते सैनी उमरा नंगल ये मुख दोषी ने। बाजा खाना च जिहड़ी बादल ने अणपछाती पुलिस का मुकदमा दर्ज किया सी वह पछाती हो गई। जा कह दो कि मेरे बंदियां ने जाके जिहड़ा गुरु ग्रंथ साहब दे हजूर जाके वादा किया सी असी उस तो मुकरदे हां, फिर असी सोच लांगे कि असी लड़ाई का रुख हुण की करना है। कि सरकार कहती है गुरु की बेअदबी करो असी तुहाडे नाल तुहानू गनमैन भी देवांगे तुहानू सारियां जिहड़ियां सहूलतां देवांगे। अज सुखबीर वर धर रहे ला रहा की ला रहा है कहिंदा गुरु के दोषियों नूं ओ पतंदरा गुरु की बेअदबी तू कराई गुरु के दोषियों नूं तू बचाया अज लोगों के अखां च कट्टा पाउणा है। अगला प्रोग्राम लिखांगे असीं उहदे विच सरकार दे नक च दम दे देंगे। इस करके चोर कुत्ती जिहड़ी रही होई है इहदा जिहड़ा जिहड़ा संधी होई है उहनूं तोड़िया जावे। पटियाला दे विच बरगाड़ी मोर्चा जद्दोजहद कमेटी जिस नूं श्रोमणी अकाली दल यूनाइटेड अकाली दल अते दल खालसा दे सहयोग दे नाल जथेबंद कीता गया इस दे बैनर हेठ गुरद्वारा सिंह सभा पटियाला तों मोती महल तक भारी गिणती दे विच पंथक वर्करां ने रोस मार्च कीता। रस्ते दे विच सुरक्षा दे मद्देनज़र भारी पुलिस फोर्स ने मार्च नूं रोक लिया अते वर्करां ने उत्थे ही धरना लगा लिया। सरकार दे नुमाइंदियां ने इन्हां प्रदर्शनकारियों को आके मंग पत्र लिया। मार्च शुरू होने तो पहला बुलारियां ने कहा कि 9 दिसंबर 2018 नूं बरगाड़ी दे विच दो मंत्रियों वालों जो ऐलान किए गए सन उन्हां नूं लागू किया जाए। इन्हां ऐलानां दे विच सजावां पूरियां कर चुके बंदी सिंघां की रिहाई बेअदबी के सारे दोषियों नूं करड़ियां सजावां बैबल कोटपुरा के सारे दोषियों अते गोली का हुक्म देने वाले प्रकाश सिंह बादल सुखबीर सिंह बादल अते सुमेद सैनी की गिरफ्तारी। इस दे नाल ही बुलारियां ने कहा कि जेकर उन्हां दीआं मंगां ना पूरियां होईआं तां उह अपना संघर्ष होर तेज़ कर लैणगे। इस दे नाल ही उन्हां वल्लों 15 अगस्त नूं काला दिन मनाउण दा वी ऐलान कीता गया। Get it!
ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕੀਤੇ ਵਾਅਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਬਰਗਾੜੀ ਵਿੱਚ ਕੀਤੇ ਵਾਅਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਬਗਰਾੜੀ ਚ ਵਾਅਦੇ ਕੀਤੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਬਗਰਾੜੀ ਚ ਵਾਅਦੇ ਕੀਤੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਜੇਲਾਂ ਵਿੱਚ ਬੰਦ ਨਾ ਜੋ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਚਿੱਟਾ ਮਾਫੀਆ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕੇਫਲ ਮਾਫੀਆ ਰੱਦ ਕਰੋ, ਰੱਦ ਕਰੋ, ਰੱਦ ਕਰੋ। ਟ੍ਰਾਂਸਫਰ ਰੋਡਿਆ ਮਾਫ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸ਼ਰਾਬ ਮਾਫੀਆ ਰੱਦ ਕਰੋ, ਰੱਦ ਕਰੋ, ਰੱਦ ਕਰੋ। ਮਾਫੀਆ ਰੱਦ ਕਰੋ, ਰੱਦ ਕਰੋ, ਰੱਦ ਕਰੋ। ਮਾਫੀਆ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਬਾਦਲ ਕੈਪਟਨ ਜੁੰਡਲੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬਾਦਲ ਕੈਪਟਨ ਜੁੰਡਲੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸ਼ਰਾਬ ਮਾਫੀਆ, ਸਰਕਾਰੀ ਸ਼ਰਾਬ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਰਕਾਰੀ ਸ਼ਰਾਬ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸੀਬੀਆਈ ਦੀ ਜਾਂਚ ਰੱਦ ਕਰੋ, ਰੱਦ ਕਰੋ, ਰੱਦ ਕਰੋ। ਸੀਬੀਆਈ ਦੀ ਜਾਂਚ ਰੱਦ ਕਰੋ, ਰੱਦ ਕਰੋ, ਰੱਦ ਕਰੋ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਸਿੱਖ ਇੱਕ ਅੱਜ ਕੌਮ, ਸਿੱਖ ਇੱਕ ਵੱਖਰੀ ਕੌਮ, ਵੱਖਰੀ ਕੌਮ, ਵੱਖਰੀ ਕੌਮ। 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 ਸੂਏ ਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਸੂਏ ਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਬੰਦ ਕਰੋ, ਬੰਦ ਕਰੋ, ਬੰਦ ਕਰੋ। ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਬੰਦ ਕਰੋ, ਬੰਦ ਕਰੋ, ਬੰਦ ਕਰੋ। ਚੂਹੇ ਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਚੂਹੇ ਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਿਸਾਨ ਆਰਡੀਨੈਂਸ ਵਾਪਸ ਲਓ, ਵਾਪਸ ਲਓ, ਵਾਪਸ ਲਓ। 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 ਚੂਹੇ ਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਚੂਹੇ ਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਬੰਦ ਕਰੋ, ਬੰਦ ਕਰੋ, ਬਿਜਲੀ ਕੱਪੜੇ ਬੰਦ ਕਰੋ, ਬੰਦ ਕਰੋ, ਬੰਦ ਕਰੋ। ਬਿਜਲੀ ਕੱਪੜੇ ਬੰਦ ਕਰੋ, ਬੰਦ ਕਰੋ, ਬੰਦ ਕਰੋ। ਬੰਦ ਨਾ ਹੋ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਸਿੱਖ ਇੱਕ ਵੱਖਰੀ ਕੌਮ, ਵੱਖਰੀ ਕੌਮ, ਵੱਖਰੀ ਕੌਮ। ਸਿੱਖ ਇੱਕ ਵੱਖਰੀ ਕੌਮ, ਵੱਖਰੀ ਕੌਮ, ਵੱਖਰੀ ਕੌਮ। ਸਿੱਖ ਇੱਕ ਵੱਖਰੀ ਕੌਮ, ਵੱਖਰੀ ਕੌਮ, ਵੱਖਰੀ ਕੌਮ। ਮੋਦੀ ਦੀ ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚੱਲੇਗੀ, ਨਹੀਂ ਚਲੇਗੀ। ਮੋਦੀ ਦੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ। ਸਾਡੀ ਮੰਜ਼ਿਲ ਖਾਲਸਾ, ਨਾ ਹਿੰਦੂ ਨਾ ਮੁਸਲਮਾਨ। ਸਾਡੀ ਮੰਜ਼ਿਲ ਖਾਲਸਾ, ਨਾ ਹਿੰਦੂ ਨਾ ਮੁਸਲਮਾਨ। ਸਾਡੀ ਮੰਜ਼ਿਲ ਖਾਲਸਾ, ਨਾ ਹਿੰਦੂ ਨਾ ਮੁਸਲਮਾਨ। ਸਾਡੀ ਮੰਜ਼ਿਲ ਖਾਲਸਾ। ਕੈਪਟਨ ਬਾਦਲ ਚੁੰਡਲੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕੈਪਟਨ ਬਾਦਲ ਚੁੰਡਲੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਨਾ ਹਿੰਦੂ ਨਾ ਮੁਸਲਮਾਨ, ਸਾਡੀ ਮੰਜ਼ਿਲ ਖਾਲਸਾ। ਨਾ ਹਿੰਦੂ ਨਾ ਮੁਸਲਮਾਨ, ਸਾਡੀ ਮੰਜ਼ਿਲ ਖਾਲਸਾ। ਯੂਏਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਯੂਏਪੀਏ ਰੱਦ ਕਰੋ, ਰੱਦ ਕਰੋ, ਰੱਦ ਕਰੋ। ਬਰਗਾੜੀ ਚ ਕੀਤੇ ਵਾਅਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ। ਨਿਕਲੋ ਬਾਹਰ ਮਕਾਨੋ ਸੇ, ਜੰਗ ਲੜੋ ਬੇਈਮਾਨੋ ਸੇ। 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 ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਮੁਰਦਾਬਾਦ, 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 ਮੁਰਦਾਬਾਦ।
ਅੱਜ ਅਸੀਂ ਪੰਜਾਬ ਸਰਕਾਰ ਦੇ ਬਰੂਹਾਂ 'ਤੇ ਆਏ ਹਾਂ। ਇੰਨੀ ਗਰਮੀ 'ਚ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਇੱਦਾਂ ਘਰਾਂ ਘਰਾਂ 'ਚੋਂ ਨਿਕਲ ਕੇ ਤੁਰ ਕੇ ਇੱਥੇ ਆ ਕੇ ਕਰੇ, ਪਰ ਜਿਹੜਾ ਮੇਨ ਮਕਸਦ ਹੈ ਕਿਸੇ ਵੀ ਸਿੱਖ ਲਈ ਦੁਨੀਆ ਜਹਾਨ 'ਚ ਜਿੱਥੇ ਵੀ ਉਹ ਬੈਠਾ ਹੈ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਦੁਨੀਆ ਦੀ ਕੋਈ ਸ਼ੈ ਨਹੀਂ ਹੈ। ਸਾਡੀਆਂ ਜ਼ਿੰਦਗੀਆਂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਨੇ, ਗੁਰੂ ਗ੍ਰੰਥ ਸਾਹਿਬ ਸਾਡੇ ਕਰਕੇ ਨਹੀਂ ਹੈ। ਉਹ ਦੁਨੀਆ ਦੇ ਪੈਗੰਬਰ ਨੇ ਜੋ ਬੇਅਦਬੀ ਬਾਦਲਾਂ ਦੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ ਉਸ ਤੋਂ ਕੋਈ ਅਣਜਾਣ ਨਹੀਂ ਹੈ। ਬਰਗਾੜੀ ਮੋਰਚਾ ਲੱਗਿਆ, ਮੈਂ ਸ਼ੋਰਟ ਦੱਸਦਾ, ਬਰਗਾੜੀ ਮੋਰਚਾ ਲੱਗਿਆ ਉਸੇ ਦੁੱਖ ਕਰਕੇ ਲੱਗਿਆ। ਕੈਪਟਨ ਸਾਹਿਬ ਨੇ ਚੀਫ ਮਿਨਿਸਟਰ ਹੋਣ ਦੇ ਆਪਣੇ ਅਧਿਕਾਰ ਨੂੰ ਵਰਤਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪਣੇ ਦੋ ਮਿਨਿਸਟਰ ਭੇਜੇ, 5 MLA ਨਾਲ ਭੇਜੇ ਕਿ ਅਸੀਂ ਤੁਹਾਡਾ ਸਿੱਖਾਂ ਦਾ ਦਰਦ ਸਮਝਦੇ ਹਾਂ ਅਤੇ ਸਾਡਾ ਤੁਹਾਡੇ ਨਾਲ ਮਹਾਰਾਜ ਦੀ ਹਜ਼ੂਰੀ ਅਤੇ ਸੰਗਤ ਦੀ ਹਜ਼ੂਰੀ ਵਿੱਚ ਵਾਅਦਾ ਹੈ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ, ਤੁਸੀਂ ਇੱਥੋਂ ਮੋਰਚਾ ਚੁੱਕ ਲਓ। 72 ਸਾਲ ਦੇ 47 ਤੋਂ ਬਾਅਦ ਦੇ ਸਮੇਂ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਉਸ ਜਗ੍ਹਾ 'ਤੇ ਗਈ ਜਿੱਥੇ ਸਿੱਖਾਂ ਨੇ ਮੋਰਚਾ ਲਾਇਆ ਹੋਇਆ ਸੀ। ਮਹਾਰਾਜ ਦੇ ਹਜ਼ੂਰ, ਸੰਗਤ ਦੇ ਹਜ਼ੂਰ ਵਾਅਦਾ ਕਰਕੇ ਆਏ ਕਿ ਅਸੀਂ ਟੈਕਨੀਕਲ ਗੱਲਾਂ ਪੂਰੀਆਂ ਕਰਕੇ ਤੁਹਾਡਾ ਜਿਹੜਾ ਮੋਰਚੇ ਦਾ ਮਕਸਦ ਹੈ ਉਹ ਪੂਰਾ ਕਰ ਦਿਆਂਗੇ। ਪਰ ਅੱਜ ਤੱਕ ਜੇ ਅਸੀਂ ਦੇਖੀਏ ਕਿ ਜਿਹੜਾ 1-1 ਕਰੋੜ ਰੁਪਈਆ ਦੋ ਸ਼ਹੀਦਾਂ ਦੇ ਪਰਿਵਾਰ ਨੂੰ ਦਿੱਤਾ ਬਰਗਾੜੀ ਕਰਕੇ, ਜਾਂ ਜਿਹੜੇ ਸਿਰਸੇ ਸਾਹਿਬ ਦੇ ਚੇਲੇ ਜਿਨ੍ਹਾਂ ਨੂੰ ਉਜਾਗਰ ਕੀਤਾ SIT ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ, ਅਤੇ ਤੀਜਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਿੱਟ ਨੇ ਇਹ ਸਪਸ਼ਟ ਕੀਤਾ ਕਿ ਬਾਦਲ, ਸੁਖਬੀਰ ਬਾਦਲ ਅਤੇ ਸੈਣੀ ਉਮਰਾ ਨੰਗਲ ਇਹ ਮੁੱਖ ਦੋਸ਼ੀ ਨੇ। ਬਾਜਾ ਖਾਨਾ 'ਚ ਜਿਹੜੀ ਬਾਦਲਾਂ ਨੇ ਅਣਪਛਾਤੀ ਪੁਲਿਸ ਦਾ ਮੁਕੱਦਮਾ ਦਰਜ ਕੀਤਾ ਸੀ ਉਹ ਪਛਾਤੀ ਹੋ ਗਈ। ਇੰਨੀਆਂ ਗੱਲਾਂ ਪੂਰੀਆਂ ਕਰਕੇ ਅੰਜਾਮ 'ਤੇ ਪਹੁੰਚਣ ਤੋਂ ਪਹਿਲਾਂ ਅੱਜ ਕੈਪਟਨ ਸਾਹਿਬ ਤੁਸੀਂ ਚੁੱਪ ਬੈਠੇ ਹੋ। ਕਦੇ ਕਦੇ ਖਬਰ ਲੱਗ ਜਾਂਦੀ ਹੈ ਕਿ SIT ਨੇ ਗ੍ਰਿਫਤਾਰ ਕਰ ਲਿਆ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ, ਪਰ ਹਫ਼ਤੇ ਬਾਅਦ ਉਹਨਾਂ ਦੋਸ਼ੀਆਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਨੇ। ਕੈਪਟਨ ਸਾਹਿਬ ਮਾਫ਼ ਕਰਿਓ, ਤੁਸੀਂ ਵੀ ਬਾਦਲਾਂ ਦੇ ਰਾਹੇ ਪੈ ਗਏ, ਤੁਸੀਂ ਵੀ ਉਹਨਾਂ ਦੀਆਂ ਜ਼ਮਾਨਤਾਂ ਕਰਾ ਕੇ ਸਿਕਿਉਰਿਟੀ ਦਿੱਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਕੋਈ ਕਹਿ ਨਾ ਜਾਵੇ ਕੁਛ। ਇਹ ਗੱਲ ਉਹੀ ਹੈ ਜੋ 2.5 ਸਾਲ ਬਾਦਲ ਕਰਦਾ ਰਿਹਾ। ਅਸੀਂ ਤੁਹਾਡੇ ਦਰਵਾਜ਼ੇ 'ਤੇ ਆਏ ਹਾਂ, ਪਹਿਲਾਂ ਵੀ ਆਉਂਦੇ ਰਹੇ ਹਾਂ ਚੀਫ ਮਿਨਿਸਟਰਾਂ ਦੇ ਦਰਵਾਜ਼ਿਆਂ 'ਤੇ ਆਉਂਦੇ ਵੀ ਰਹਾਂਗੇ। ਕਿੰਨੀ ਦੇਰ? ਓਨੀ ਦੇਰ ਜਿੰਨੀ ਦੇਰ ਤੁਸੀਂ ਸਿੱਖਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰ ਲੈਂਦੇ। ਜਾਂ ਕਹਿ ਦਿਓ ਕਿ ਮੇਰੇ ਬੰਦਿਆਂ ਨੇ ਜਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾ ਕੇ ਵਾਅਦਾ ਕੀਤਾ ਸੀ ਅਸੀਂ ਉਸ ਤੋਂ ਮੁੱਕਰਦੇ ਹਾਂ, ਫਿਰ ਅਸੀਂ ਸੋਚ ਲਾਂਗੇ ਕਿ ਅਸੀਂ ਲੜਾਈ ਦਾ ਰੁੱਖ ਹੁਣ ਕੀ ਕਰਨਾ। ਸੋ ਮੈਂ ਜਿਹੜਾ ਅੱਜ ਦਾ ਮਕਸਦ ਹੈ ਉਹਦੇ ਵਿੱਚ ਜਿਹੜਾ ਚਿੱਟੇ ਦਾ ਮਾਫੀਆ ਹੁਣ ਨਾਲ ਸ਼ਰਾਬ ਦਾ ਮਾਫੀਆ ਹੋ ਗਿਆ, ਕੈਪਟਨ ਸਾਹਿਬ ਤੁਹਾਡੇ MLAਆਂ ਦੇ ਸ਼ਰੇਆਮ ਨਾ ਲੱਗ ਰਹੇ ਨੇ, ਤੁਸੀਂ ਉਹਨਾਂ ਨੂੰ ਜਨਤਕ ਕਰੋ। ਦੋਸ਼ੀਆਂ ਨੂੰ ਕਾਤਲਾਂ ਤੁਸੀਂ ਆਪ ਕਹਿ ਕੇ ਆਏ ਹੋ ਕਿ 302 ਦਾ ਮੁਕੱਦਮਾ ਦਰਜ ਕਰਾਂਗੇ, ਕੇਵਲ ਕਹਿਣ ਤੱਕ ਨਾ ਸੀਮਤ ਰਹੋ। ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਰਤ 302 ਦੇ ਮੁਕੱਦਮੇ ਵਿੱਚ ਗ੍ਰਿਫਤਾਰ ਕਰੋ। ਬਿਜਲੀ ਦੇ ਜਿਹੜੇ ਕਪਲੇ ਹੋ ਰਹੇ ਨੇ ਇਹ ਦੂਰ ਕਰੋ। ਇਹ ਸਾਰੀਆਂ ਮੰਗਾਂ ਲੈ ਕੇ ਅੱਜ ਅਸੀਂ ਤੁਹਾਨੂੰ ਯਾਦ ਕਰਵਾਉਣ ਆਏ ਹਾਂ ਕਿ ਤੁਸੀਂ ਸਾਡੇ ਨਾਲ ਕੌਮ ਨਾਲ ਵਾਅਦੇ ਕਰਕੇ ਆਏ ਸੀ। ਵਾਅਦੇ ਕਰਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਤੁਹਾਨੂੰ ਵਫਾ ਨਹੀਂ ਕਰਨਗੇ ਜੇਕਰ ਤੁਸੀਂ ਉਹਨਾਂ 'ਤੇ ਪੂਰੇ ਨਾ ਉਤਰ ਸਕੇ। ਮੈਂ ਹੁਣ ਬੇਨਤੀ ਕਰਾਂਗਾ
दो चार साढ़े सीनियर लीडर थोड़ा थोड़ा समा गल करके जेड़ा मेमोरेंडम असी लैके आए हाँ वो आप जी दे अधिकारियों के सपुरद करके असी चले जावांगे। गुरु रूप साध संगत आओ फतेह की सांझ करिए जी। वाहेगुरु जी का खालसा वाहेगुरु जी की फतेह। अज आप सारे जो कल्याण गुरद्वारा तार साहब विचों पिछले दिनी गुरु महाराज का 100 साल पुराना पुरातन सरूप चोरी होने के मामले के विच एकत्र होए ने ते मैं समूह साध संगत को अपनी जथेबंदी वालों आप जी के नाल इस मंदभागी घटना के इंसाफ लैन लई असी हर मोर्चे के उत्ते तुहाडा साथ देवांगे। असी अपना फर्ज समझते हाँ क्योंकि जो वादे सरकार ने किए सी वो वादिया की पहल कदमी यह सी कि जदों हाथ में गुटका साहब लैके तख्त तलवंडी साहब वल सौ खाधी इन्होंने दमदमा साहब वल हथ करके कि पिछले समय जो बुरज जवाहर सिंह वाला तो गुरु महाराज के पावन स्वरूपां दीआं बेअदबियां होईआं उह बरगाड़ी दे जो दोषी ने उन्हां नूं सजावां देण लई असी इंसाफ करांगे ते तुसी साडी सरकार बनाओ। ते लोकां ने यह नहीं देखिआ कि एक कीड़ी पार्टी है कौन ने बस गुरु महाराज के आशे नूं मुख रख के उन्होंने जदों हथ विच गुरबाणी दी गुटका साहब लैके सहुं खा ली तो भरोसा करके उन्हों का साथ देता ताकि यह संगत नाल इंसाफ करनगे। पर उही गल हो गई वीरो 4 साल का समा जो असी फिर लंघ गया तो हुण फिर दोबारा उही गल्लां हो रही ने। उस तो बाद श्रोमणी गुरद्वारा प्रबंधक कमेटी की गल करिए 267 पावन स्वरूपों का रिकॉर्ड चो मिस हो जाना तो अज साडे नेड़े इत्थे गुरद्वारा साहब चो स्वरूप चोरी हो जाने। मैं इत्थे गुरद्वारा साहब प्रबंधक कमेटी को भी यह गल कहांगा कि आपो अपने स्थानों के उत्ते सानू चाहिए कि आप निगरानी करिए क्योंकि पुलिस प्रशासन भी एक सीमित हद तक हर जगह पर मौजूद नहीं रह सकती परंतु सरकार का यह फर्ज बनता है कि जदों असी दावे करते हैं कि सानू पंजाब की धरती पर कीड़ी चलती भी नज़र आती है तो उतों साडे गुरु महाराज का पावन पवित्र स्वरूप ही चोरी हो जाए तो इदू मंदभागी कोई गल हो नहीं सकती। तो जो साडा इष्ट है जे पंजाब की धरती पर जिते साडी बहुगिणती है जे उत्थे उही सुरक्षित नहीं है तो इत्थे आम पब्लिक की आपां समझ सकते हैं भी की सुनवाई होएगी। सो मेरिया इन्निया ही बेनतियां ने कि प्रशासन को चाहिए कि पहलकदमी करदे आ जल्द तो जल्दी इहदे ते एक्शन लैन ते जो अज मंग पत्र समुचियां जथेबंदियां वल्लों दिता जा रहा है इहदा एक अल्टीमेटम भी होना चाहिए जथेदार जी भी अगर कोई नहीं होंदे ते अगले प्रोग्राम की रूपरेखा भी लिखनी चाहिए है। इन्नियां बेनतियां करदा होया दास भुला चुका दी खिमा जी वाहेगुरू जी का खालसा वाहेगुरू जी की फतह। सारी संगत नूं मैं निम्रता सहित फतेह बुलाउणा बुलाओ फतेह वाहेगुरू जी का खालसा वाहेगुरू जी की फतेह। साध संगत जी 2015 तो लैके हुण तक जिन्नियां भी बेअदबियां होईआं है उन्हां बारे तुसीं भली भांत जाणो। पहला आपां जो बरगाड़ी दे विच बेअदबी होई जां नाल दे पिंडां 'च उत्थे सौदे साहब दे चेलियां ने करी उहदे वास्ते आपां मोर्चा भी लाया। पंजाब सरकार दे जिम्मेवार दो अमृतधारी बाजवा साहब ते सुखी रंधावा मंत्री उत्थे आए उन्हां ने गुरु ग्रंथ साहब की हाजरी दे विच मतलब ये कहा भी असी अमृतधारी सिखां जे सोडी असी मंग ना पूरी करिए असी जिम्मेवार हाँ। मुख्यमंत्री साहब ने भी सहुं खाधी गुटका साहब की सहुं चक के पर अज तक किसी गल के उत्ते बिल्कुल बूर नहीं पिया। उन्होंने जे सौदे साहब के बंद किसी केस फड़ लिया उन्होंने जो बाहर आदि उन्होंने सिक्योरिटी देती सिक्योरिटी देना जोड़े बंद ने गुरु ग्रंथ साहब की बेअदबी करी है सिक्योरिटी देने का उन्होंने की हक है। तो जे एस जी पी सी ने हूँ 267 जोड़े सरूप ने वो बारे कोई पता नहीं कितने गए वो सरूप तो जी हूँ 15 दिन पहला अपने राजे के महल के नाल गुरु ग्रंथ साहब की जी बेअदबी हुई है चोरी हुए है सरूप वो बारे नहीं कोई बोलता। पर जे बंद फड़िया भी जाता है जी साडे हिंदुस्तान की सारे नालों तगड़ी एजेंसी CBI है CBI को इनकुआरी सी तो CBI ने सारा काम बिल्कुल ठप करता जे इस तरह करता जिमें CBI खुद आप मिली हुई है उन्होंने CBI ने जोड़ा केस चलता से जोड़ा हूँ SIT खटड़े की है वो जो इनकुआरी करती सी वो भी उत्थे एप्लीकेशन दे के वो केस के अगे नहीं बढ़न देंगे।
मेरे कहने का भाव है भी कुत्ती चोरां नाल रली हुई है। सेंटर दीयां जिहड़ियां एजेंसियां ने इत्थों पता लगता है भी सारिया गुरु ग्रंथ साहब की बेअदबी के दोषियों को बचाउण दे विच तत्पर ने। सौदे साध का नाम जो हो गया वो कोई ब्रांट नहीं लैन जाता, कोई प्रोटैक्शन ब्रांट दे लिया के उसकी पुछगिछ करे भी भाई तू डेरे शाह दे साजिश बनाई सी की चक्कर है। तो सौदे साध के चेलिया ने जे तो बंब चल जाए अमृतसर जिले च निरंकारिया के डेरे च तो मुख्यमंत्री साहब शाम को पहुँच जाते हैं, कहते हैं जी ये ISI ने तारा जुड़ गई जोड़ देंगे तो नौजवानों की गिरफ्तारी हो जाती है। तो मौड़ा के बंब ब्लास्ट हो उस 6 बच्चे मर गए, 7वां एक नौजवान मरिया। तो उन्होंने सौदे साध में नाम जो सौदे साध के डेरे च वह बंब तैयार होया उ गड्डी तैयार की पुलिस ने नामजद भी करते, फिर उन्होंने गिरफ्तारी क्यों नहीं होंगी जी NIA है उत्थे क्यों नहीं पुछगिछ करनी जाती। इस करके पूरा आपां शक है कि जिहड़ियां सेंटर दीयां एजेंसियां है वो सिखां नूं कमजोर करने वास्ते धार्मिक तौर पर आर्थिक तौर पर जिवें हुण आपां किसानां दे खिलाफ़ एक कानून बणिया वो भी एक कड़ी का सिट्टा है भी जिहड़े पंजाबी है उन्हां नूं आर्थिक तौर पर कमजोर किया जाए। इस करके मुख्यमंत्री साहब नूं जिहड़ा इन्हां ने गुरु ग्रंथ साहब की हाजरी च इन्हां दे वज़ीरां ने वादा करिया सी वो वादा करके उन्हां दोषियों को गिरफ़्तार करना चाहिए, जिहड़ी संगत नाल बरगाड़ी मोर्चे च वादे किए थे पूरे करने चाहिए है। सारिया संगतों का धन्यवाद, बुलाओ फतेह, वाहिगुरू जी का खालसा वाहिगुरू जी की फतेह। सारिया के जिले के जथेदार साहबान सब तो पहला फतेह बुलाइए, वाहिगुरू जी का खालसा वाहिगुरू जी की फतेह। अज इकट्ठ किया है कि ये जिहड़ा इकट्ठ है ये बगराड़ी मोर्चा जद्दोजहद कमेटी वालों होया, एक पंथक जथेबंदियां दी एक कमेटी बनी है। कमेटी बनाउण दी लोड़ क्यों पई? जदों बगराड़ी मोर्चा लग्या, बगराड़ी मोर्चा 195 दिन चलिया, 195 दिन चलण तो बाद 9 दसंबर नूं वो खत्म होया। उत्थे कुछ मंगा पूरियां भी कीतियां गईयां, कुछ मंगा रह भी गईयां, कुछ सिंह जेलां चों रिहा भी होए, कुछ सिंह जेलां दे विच उवें फसे रहे, जेलां दीयां तब्दीलियां नहीं हो सकियां। सरसे वाले साध दे चेले कुछ रहिंदे सी उह नहीं फड़े गए। उस तों बाद जदों सरकार दे कन्न ते जूं ना सरकी, चोर ते कुत्ती रल गई, ते फिर असी सारी टीम ने इकट्ठे हो के पंजाब दे मुख मंत्री कोले 2 जून कोले गए। 2 जून नूं इक मैमोरेंडम दित्ता, मैमोरेंडम टवाणा साहब ते पार्टी ने बहुत वधिया तैयार किया। असी सुरेश कुमार जी नूं इक मैमोरेंडम दित्ता, जे कते तुसी आ बंदे ना फड़े मोर्चा फिर लग जाना। असी की किया ना, सिख 1984 भुले है, ना सिख गलां च टायर पाए भुले है, ना सिख मोदी ने 60,000 सिखां दा जाड़ा गुजरात कीता सिख ना उदों भुले है, ते ना सिख हुण गुरु ग्रंथ साहिब दी बेअदबी नूं भुलिया, सिख भुले नहीं। ते जदों ये मोर्चा असी शुरू किया तां फिर थोड़ी जी एक्टिविटी शुरू हो गई, तो सैट भी कम करना शुरू हो गई। तो जिहड़ी सैट खटड़ा साहब की बनी सी उन्हें पंधेर नूं फड़ लिया, गुरदीप सिंह नूं, उन्हें सुहेल बराड़ नूं फड़ लिया, उन्हें पंकज नूं फड़ लिया, तो फड़ के की किया फिर अदालत ने की किया, अदालत ने उन्हें जमानतां दे दित्तियां, उहदा रिमांड ना दित्ता। फिर असी अदालत दे अगे जद्दोजहद की, बहुत वड्डा उत्थे मजहरा किया, तो फिर थोड़ा जिहा अगले दिन उहदा रिमांड होर वध गया। हुण की होया, हुण फिर सिट ने साढ़े विच दखलअंदाजी करती, फिर कहिंदे CBI की दखलअंदाजी करती, CBI ने तो क्लोजर रिपोर्ट ही दित्ती है। वह वेखो 1 जून 2015 गुरु की बेअदबी हुई, ना जस्टिस जोरा सिंह कमिशन ने किया, ना CBI ने किया, ना बादल ने किया, ना सिट ने किया। असी क्या बंदे 6 फड़ लो, उन्होंने फड़ के सानू जेल च बंद कर दिता। ये जदों सारिया गल्लां होईयां फिर असी बगराड़ी दे बाद जाके सारिया जथेबंदियां ने CBI का विरोध किया, तो फिर CBI का विरोध किया, तो UAPA जिहड़ा जाबर कानून सी, NIE साढ़े दखलअंदाजी करके साढ़े नौजवानों पर जबरी शुरू कर दिता। तुसीं पिंडां दे विचों सारे आए उहदा विरोध किया, तो एक लवप्रीत इस दी भेट चढ़ गया, उहदे ते दबाव पा दिता गया, तो फिर थाणियां दे विच मैमोरेंडम देते कहन तो पावे से जबर दे विरुद्ध उसी आवाज़ बुलंद करांदे रहे। तो हुण की किया बंदे कोले की हुंदा है, एक प्रैस हुंदी है, प्रैस जिहड़ी है वो थोड़ी आवाज़ पहुँचाउंदी है, एक लीडरशिप हुंदी है,
ਉਹ ਲੀਡਰਸ਼ਿਪ ਵੀ ਵਿਕ ਚੁੱਕੀ ਹੈ, ਇੱਕ ਆਸ ਰਹਿ ਗਈ ਜੁਡੀਸ਼ਲੀ 'ਤੇ, ਹੁਣ ਜੁਡੀਸ਼ਲੀ ਵੀ ਵਿਕ ਚੁੱਕੀ ਹੈ। ਅੱਜ ਜੁਡੀਸ਼ਲੀ ਨੇ ਸਰਸੇ ਵਾਲੇ ਸਾਹਿਬ ਦੇ ਚੇਲੇ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਨੂੰ ਪੰਜ ਬੰਦੇ ਫੜ ਲਏ, ਪੰਜ ਫੜ ਕੇ ਉਹਦਾ ਰਿਮਾਂਡ ਦੇ ਦਿੱਤਾ ਅਤੇ ਉੱਥੋਂ ਦੇ ਜੱਜ ਨੇ ਉਹਨੂੰ ਜ਼ਬਾਨ ਦੇ ਤੀ। ਤੁਸੀਂ ਦੱਸੋ, ਗੁਰੂ ਗ੍ਰੰਥ ਸਾਹਿਬ ਇੱਕ ਹਾਜ਼ਰ ਨਾਜ਼ਰ ਗੁਰੂ ਹੈ, ਸੁਪਰੀਮ ਕੋਰਟ ਨੇ ਵੀ ਕਿਹਾ ਹਾਜ਼ਰ ਨਾਜ਼ਰ ਗੁਰੂ ਹੈ। ਜੇ ਇੱਕ ਬੰਦਾ ਮਰ ਜਾਵੇ, ਉਹਦਾ ਕਤਲ ਹੋ ਜਾਵੇ, ਜਿਹੜੇ ਬੰਦੇ ਨੇ ਕਤਲ ਕੀਤਾ ਜਾਂ ਸਾਜ਼ਿਸ਼ ਕੀਤੀ ਹੈ, ਉਹ ਫਿਰ ਬੰਦਾ ਨੂੰ ਜੇਲ੍ਹ 'ਚ ਜਾਂਦਾ, ਜੇਲ੍ਹ ਦੇ ਵਿੱਚ ਉਹਦਾ ਚਲਾਨ ਪੇਸ਼ ਹੁੰਦਾ, ਉਹਦੀ ਘੱਟੋ ਘੱਟ 5 ਸਾਲ ਜ਼ਮਾਨਤ ਨਹੀਂ ਹੁੰਦੀ, ਕਿਉਂਕਿ ਇਹਦੇ 'ਤੇ ਕਤਲ ਦਾ ਜੁਰਮ ਹੈ। 5 ਸਾਲ ਇੱਕ ਸ਼ਰਤ ਹੈ ਹਾਈ ਕੋਰਟ ਦੀ ਕਿ 5 ਸਾਲ ਤੂੰ ਜਿਹੜੀ ਹੈ ਜੇਲ੍ਹ ਦੇ ਵਿੱਚ ਤੁਸੀਂ ਹਵਾਲਾਤ ਕੱਟ। ਜਿਹੜੇ ਬੰਦਿਆਂ ਨੇ ਗੁਰੂ ਦੀ ਬੇਅਦਬੀ ਕਰ ਦਿੱਤੀ ਅਤੇ ਉਹਨਾਂ ਦੀ ਜ਼ਮਾਨਤ ਨਾਲ ਦੀ ਨਾਲ 20 ਦਿਨਾਂ ਬਾਅਦ ਲੈ ਦੀ। ਕਹਿਣ ਤੋਂ ਬਾਅਦ ਹੁਣ ਚੋਰ ਕੁੱਤੀ ਰਲੇ ਹੋਏ ਆ। ਉਦੋਂ ਬਾਅਦ ਕੁਝ ਬੰਦਿਆਂ ਦੀ ਜ਼ਬਾਨ ਥੋਣ ਲੱਗੀ ਸੀਗੀ, ਫਿਰ ਤੁਹਾਡੇ ਦਵਾ ਕਰਕੇ ਇਹ ਜ਼ਮਾਨਤ ਜਿਹੜੀ ਰੁਕ ਗਈ ਹੈ, ਇਸ ਕਰਕੇ ਅਸੀਂ ਇਹ ਕਹਿਣੇ ਹੈ। ਅਤੇ ਫਿਰ ਦੂਜੇ ਪਾਸੇ ਨਾਲ ਦੀ ਨਾਲ ਕੀਤਾ, ਪ੍ਰਕਾਸ਼ ਸਿੰਘ ਬਾਦਲ ਸੀਗਾ, ਉਹਨੇ ਸਰਸੇ ਵਾਲੇ ਸਾਹਿਬ ਦੇ ਚੇਲਿਆਂ ਨੂੰ, ਜਦੋਂ ਸਾਨੂੰ ਫੜ ਲਿਆ ਨਾ, ਉਹਨੇ ਸਰਸੇ ਵਾਲੇ ਸਾਹਿਬ ਦੇ ਚੇਲਿਆਂ ਨੂੰ ਗਨਮੈਨ ਦਿੱਤੇ, ਉਹਨਾਂ ਨੂੰ ਲਾਇਸੈਂਸ ਦਿੱਤੇ। ਸਰਸੇ ਵਾਲੇ ਸਾਹਿਬ ਦੀ ਇੱਕ ਫਿਲਮ ਸੀ ਮੈਸੇਂਜਰ ਆਫ ਗੋਡ, ਉਹਦੇ ਅੱਗੇ ਬੰਦੇ ਰਾਤ ਕਿ ਉਹਦੇ 15-15 ਗਨਮੈਨ ਰਹੇ। ਪ੍ਰਕਾਸ਼ ਸਿੰਘ ਬਾਦਲ ਨੇ ਸਰਸੇ ਵਾਲੇ ਸਾਹਿਬ ਦੀ ਫਿਲਮ ਨੂੰ ਗਨਮੈਨ ਦਿੱਤੇ ਅਤੇ ਕੈਪਟਨ ਸਰਕਾਰ ਨੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਗਨਮੈਨ ਦਿੱਤੇ। ਜਦੋਂ ਸਾਡੀ ਸਰਸੇ ਵਾਲਿਆਂ ਨਾਲ ਸਿੱਧੀ ਖੜਕਦੀ ਆ, 2-4 ਹੋਣ ਲੱਗੀ ਆ ਕੌਮ ਉਹਦੇ ਨਾਲ, ਅਤੇ ਫਿਰ ਇਹਦਾ ਮਤਲਬ ਸਾਨੂੰ ਭਾਵੇਂ ਗਨਮੈਨਾਂ ਦੀ ਲੋੜ ਨਹੀਂ, ਜੇ ਕਿਤੇ ਸਾਡਾ ਨੁਕਸਾਨ ਹੋ ਜਾਏ ਫਿਰ ਇਹਦਾ ਮਤਲਬ ਗਨਮੈਨ ਜਿਹੜੇ ਦੂਜੇ ਗਏ ਆ ਉਹਨਾਂ ਸਿੱਖਾਂ ਨੂੰ ਗਨਮੈਨਾਂ ਦੀ ਲੋੜ ਨਹੀਂ ਜਿਹੜੇ ਵੱਡੀ ਐਡੀ ਵੱਡੀ ਲੜਾਈ ਲੜਦੇ ਆ। ਇਸ ਕਰਕੇ ਸਰਕਾਰ ਕਹਿੰਦੀ ਆ ਗੁਰੂ ਦੀ ਬੇਅਦਬੀ ਕਰੋ, ਅਸੀਂ ਤੁਹਾਡੇ ਨਾਲ ਤੁਹਾਨੂੰ ਗਨਮੈਨ ਵੀ ਦੇਵਾਂਗੇ, ਤੁਹਾਨੂੰ ਸਾਰੀਆਂ ਜਿਹੜੀਆਂ ਸਹੂਲਤਾਂ ਦੇਵਾਂਗੇ। ਇਹ ਸਾਰੀਆਂ ਕਰਕੇ ਉਸ ਦੇ ਵਿਰੋਧ ਦੇ ਵਿੱਚ ਇਹ ਕੀਤਾ, ਨਾਲ ਬਿਜਲੀ ਦੇ ਬਿੱਲਾਂ ਦੇ ਉੱਤੇ ਸਾਰੀ ਗੱਲ ਕੀਤੀ। ਆਹ ਥਰਮਲ ਪਲਾਂਟ ਬੰਦ ਕਰ ਦਿੱਤਾ। ਕਿਉਂ ਬੰਦ ਕਰ ਦਿੱਤਾ ਜੀ? ਇੱਕ ਤਾਂ ਥਰਮਲ ਪਲਾਂਟ ਚਲਾਤਾ ਰਾਜਪੁਰੇ ਦਾ, ਇੱਕ ਬਾਣਾਲੇ ਦਾ ਚਲਾਤਾ, ਇੱਕ ਗੋਇੰਦਵਾਲ ਦਾ ਚਲਾਤਾ। ਬਿਜਲੀ 4 ਰੁਪਏ 29 ਪੈਸੇ ਪੈਦਾ ਹੁੰਦੀ ਹੈ ਅਤੇ ਦਿੰਦੇ 8.5 ਰੁਪਏ ਆ। ਉੱਥੇ ਭਰਤੀ ਕਿਹਦੇ ਕੀਤੀ ਆ? ਹਰੇਕ ਥਰਮ ਪਲਾਂਟ 'ਚ ਮੁੰਡੇ ਕਿੰਨੇ ਭਰਤੀ ਆ? 10,000। ਤੁਹਾਡਾ ਪੰਜਾਬ ਦਾ ਮੁੰਡਾ ਕਿੰਨਾ? 1,000 ਮੁੰਡਾ ਬਾਹਰ ਦੀ ਲੇਬਰ ਲਿਆ ਕੇ ਕਰਤਾ, ਤੁਹਾਨੂੰ ਘਸਿਆਰੇ ਬਣਾ ਕੇ ਰੱਖਤਾ। ਇਸ ਕਰਕੇ ਇਹ ਤੁਹਾਡਾ ਉਹ ਤੁਹਾਡਾ ਹਰੀਕਾ ਪੱਤਣ ਹੈ, ਪਾਣੀ ਵੀ ਤੁਹਾਡਾ, ਜਗ੍ਹਾ ਵੀ ਵੱਡਾ, ਉੱਥੇ ਤੁਸੀਂ ਪਾਣੀ ਵੀ ਨਹੀਂ ਲਾ ਸਕਦੇ ਅਤੇ ਆਪਣਾ ਬਿਜਲੀ ਘਰ ਵੀ ਨਹੀਂ ਲਾ ਸਕਦੇ। ਇਸ ਕਰਕੇ ਜਿਹੜੀ ਬਾਦਲ ਦੀ ਇਹਨਾਂ ਨਾਲ ਸੰਧੀ ਹੋਈ ਆ, ਕੈਪਟਨ ਸਾਹਿਬ ਕਹਿੰਦੇ ਸੀ ਮੈਂ ਰੇਤ ਮਾਫੀਆ ਫੜੂੰਗਾ, ਮੈਂ ਭੋ ਮਾਫੀਆ ਫੜੂੰਗਾ, ਮੈਂ ਕੇਬਲ ਮਾਫੀਆ ਫੜੂੰਗਾ, ਮੈਂ ਟਰਾਂਸਪੋਰਟ ਮਾਫੀਆ ਕਰੂੰਗਾ, ਮੈਂ ਗੁਰੂ ਦੇ ਦੋਸ਼ੀ ਨੂੰ ਫੜਿਆ। ਕਹਿਣ ਤੋਂ ਭਾਵ ਕਿਸੇ ਨੂੰ ਫੜਿਆ ਹੀ ਨਹੀਂ ਗਾ। ਅੱਜ ਤੱਕ ਕੀ ਆ, ਚੋਰ ਕੁੱਤੀ ਰਲੇ ਹੋਏ ਨੇ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹਦੇ ਵਿੱਚ ਆਵਾਜ਼ ਬੁਲੰਦ ਕਰਦੇ ਹਾਂ। ਆਹ ਵੇਖੋ, ਕਲਿਆਣ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀਰ ਸਰੂਪ ਚੋਰੀ ਕਰ ਲਿਆ, 267 ਜਿਹੜੇ ਅੰਗ ਹੈ ਗੁਰੂ ਸਾਹਿਬ ਦੇ ਪਾਵਨ ਬੀੜਾ ਹੈ ਉਹ ਗਾਇਬ ਕਰ ਦੀਆਂ। ਜਵਾਹਰ ਕੇ ਸਾਹਿਬ, ਅਸੀਂ ਅੰਦਰ ਖਾਤੇ ਕੁਛ ਕਰ ਰਹੇ ਹਾਂ, ਕੁਝ ਦਿਨਾਂ 'ਚ ਜਾਵਾਂਗੇ ਉਹ ਸ਼ੀਸ਼ਾ ਸਾਹਮਣੇ ਜਾਵਾਂਗੇ ਕਰਾਂਗੇ। ਕਲਿਆਣ ਦੀ ਵੀ ਇੱਕ ਕਮੇਟੀ ਬਣੀ ਹੈ, ਪ੍ਰੋਫੈਸਰ ਸਾਹਿਬ ਉਹਦੇ ਵਿੱਚ, ਉਹਦੇ ਵਿੱਚ ਭੁੱਲਰ ਸਾਹਿਬ ਹੈ, ਮੱਖਣ ਸਿੰਘ ਆ, ਸਾਰੀ ਟੀਮ ਹੈ। ਇਹ ਵੀ ਦੁੱਧ ਦਾ ਦੁੱਧ ਪਾਣੀ ਦਾ ਕਰੂ ਵੀ ਕੀ ਗੱਲ ਹੈ। ਅੱਜ ਸੁਖਬੀਰਵਾਰ ਧਰਨੇ ਲਾਉਂਦਾ, ਉਲਟਾ ਚੋਰ ਕੋਤਵਾਲ ਕੋ ਡਾਟੇ। ਅੱਜ ਸੁਖਬੀਰਵਾਰ ਧਰਨੇ ਲਾ ਰਿਹਾ, ਕੀ ਲਾ ਰਿਹਾ? ਕਹਿੰਦਾ ਗੁਰੂ ਦੇ ਦੋਸ਼ੀਆਂ ਨੂੰ, ਉਹ ਪਤੰਦਰਾ ਗੁਰੂ ਦੀ ਬੇਅਦਬੀ ਤੂੰ ਕਰਾਈ, ਗੁਰੂ ਦੇ ਦੋਸ਼ੀਆਂ ਨੂੰ ਤੂੰ ਬਚਾਇਆ, ਅੱਜ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ, ਸੌਦਾ ਸਾਧ ਨੂੰ ਤੂੰ ਬਚਾਇਆ, ਸੌਥਾ ਸੌਦ ਅੱਗੇ ਡੰਡੌਤ ਤੂੰ ਕਰੇ, 2-3 ਸਿੰਘ ਬਹਿਬਲ ਕਲਾਂ ਵਿੱਚ ਸ਼ਹੀਦ ਤੁਸੀਂ ਕੀਤਾ, ਸਿੱਖਾਂ ਨੂੰ ਤੁਸੀਂ ਕੁੱਟਿਆ, ਸਿੱਖਾਂ ਨੂੰ ਜੇਲ੍ਹਾਂ ਤੁਸੀਂ ਭੇਜਿਆ, ਜਥੇਦਾਰਾਂ ਨੂੰ ਜੇਲ੍ਹਾਂ 'ਚ ਤੁਸੀਂ ਭੇਜਿਆ, ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 4 ਵਜੇ ਚੱਕ ਕੇ ਹੀ ਲੈ ਗਿਆ, ਮਾਫੀਆਂ ਤੂੰ ਸਰਸੇ ਵਾਲੇ ਸਾਹਿਬ ਨੂੰ ਦਿੱਤੀਆਂ, ਗੁਰਦੀਪ ਸਿੰਘ ਨੂੰ ਚੱਕ ਲਿਆ, ਇਹਦੇ ਬੱਚਿਆਂ ਨੂੰ ਚੱਕ ਲਿਆ, ਇਹਦੇ ਪੁੱਤਾਂ ਨੂੰ ਚੱਕ ਲਿਆ, ਕਸ਼ਮੀਰੀ ਜੀ ਨੂੰ ਚੱਕ ਲਿਆ। ਇਹ ਕਹਿਣ ਤੋਂ ਭਾਵ ਕਿਹਨੂੰ ਨਹੀਂ ਚੱਕਿਆ, ਦਫ਼ਤਰ ਬੰਦ ਕਰ ਦਿੱਤੇ ਹੈ। ਇਸ ਕਰਕੇ ਸਾਰੀਆਂ ਗੱਲਾਂ ਕਰਕੇ ਅੱਜ ਅਸੀਂ ਕਹਿੰਦੇ ਹਾਂ, ਅਸੀਂ ਚੁੱਪ ਨਹੀਂ ਹੋਏਗੇ, ਅਸੀਂ ਸਰਕਾਰ ਦੇ ਕੰਨ ਖੋਲ੍ਹਣਾ ਚਾਹੁੰਦੇ ਹਾਂ। ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ, ਜੇ 10 ਦਿਨਾਂ ਦੇ ਵਿੱਚ ਕੰਮ ਨਾ ਨਿਬੇੜਿਆ ਨਾ, ਅਸੀਂ 20 ਤਰੀਕ ਨੂੰ ਇਕੱਠੇ ਹੋਵਾਂਗੇ ਜਦੋਂ ਜਦ ਕਮੇਟੀ, ਅਗਲਾ ਪ੍ਰੋਗਰਾਮ ਲਿਖਾਂਗੇ ਅਸੀਂ, ਉਹਦੇ ਵਿੱਚ ਸਰਕਾਰ ਦੇ ਨੱਕ 'ਚ ਦਮ ਦੇ ਦਿਆਂਗੇ। ਇਸ ਕਰਕੇ ਚੋਰ ਕੁੱਤੀ ਜਿਹੜੀ ਰਲੀ ਹੋਈ ਆ, ਇਹਦਾ ਜਿਹੜਾ ਸੰਧੀ ਹੋਈ ਆ ਉਹਨੂੰ ਤੋੜਿਆ ਜਾਵੇ। ਸੋ ਇੰਨਾ ਹੀ ਕਹਿੰਦਾ ਖਿਮਾ ਦਾਦਾ ਚਗਾ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਸਿੱਖ ਕੌਮ ਜਿਉਂਦੀ ਆ। ਦੂਜੇ ਪਾਸੇ ਨਰਿੰਦਰ ਮੋਦੀ ਅੱਜ ਸਿੱਖਾਂ ਦੇ ਕੰਮਾਂ 'ਚ ਦਖਲ ਦੇ ਰਿਹਾ ਹੈ।
ਕਹਿੰਦੇ ਜੀ ਰਮਾਇਣ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਰਮਾਇਣ ਹੈ। ਕਹਿੰਦੇ ਜੀ ਉਹ ਮੈਂ ਮੋਦੀ ਨੂੰ ਕਹਿਣਾ ਚਾਹੁੰਦਾ, ਮੋਦੀ ਸਾਹਿਬ ਅੱਗੇ ਗੁਰੂ ਨਾਲ ਮੱਥਾ ਲਾਇਆ ਸੀ ਕਿਹਨੇ? ਪ੍ਰਕਾਸ਼ ਸਿੰਘ ਬਾਦਲ ਨੇ। ਉਹਦੀਆਂ ਲੱਤਾਂ ਤਾਂ ਹੋਈਆਂ ਪਈਆਂ ਨੇ, ਲੱਤਾਂ ਤਾਂ ਉਹਦੀਆਂ ਹੋਈਆਂ ਪਈਆਂ ਨੇ। ਇੰਦਰਾ ਗਾਂਧੀ ਨੇ ਸਿੱਖਾਂ ਨਾਲ ਮੱਥਾ ਲਾਇਆ, ਉਹਦੀਆਂ ਵੀ ਲੱਤਾਂ ਤਾਂ, ਮੱਸੇ ਰੰਗੜ ਦੀਆਂ ਵੀ ਲੱਤਾਂ ਤਾਂ, ਅਤੇ ਬੇਅੰਤ ਸਿੰਘ ਦੀਆਂ ਲੱਤਾਂ ਤਾਂ, ਇੰਦਰਾ ਗਾਂਧੀ ਦੀਆਂ ਲੱਤਾਂ ਤਾਂ, ਮੋਦੀ ਤੇਰੀਆਂ ਵੀ ਲੱਤਾਂ ਤਾਂ ਹੋ ਜਾਣੀਆਂ। ਇਸ ਕਰਕੇ ਸਿੱਖ ਕੌਮ ਦੇ ਨਾਲ, ਸਿੱਖ ਕੌਮ ਬੜੀ ਵੱਡੀ ਆ, ਸਿੱਖ ਕੌਮ ਕਦੇ ਨਾ ਡਰੀ ਆ ਨਾ ਡਰੂਗੀ। ਇਸ ਕਰਕੇ ਅੱਜ ਇੰਨਾ ਹੀ ਕਹਿੰਦਾ, ਖਿਮਾ ਦਾ ਜਾਚਕਾਂ ਫਤਿਹ ਬੁਲਾਉਣਾ। ਹੁਣ ਗੁਰੂ ਗ੍ਰੰਥ ਸਾਹਿਬ ਦਾ ਕਾਤਲ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਸਾਰੇ ਲੀਡਰ ਨੇ ਆਪਣੇ ਵਿਚਾਰ ਦੇ ਦਿੱਤੇ ਨੇ, ਹੁਣ ਅਸੀਂ ਏਡੀਸੀ ਸਾਹਿਬ ਆਏ ਹੋਏ ਨੇ, ਤਹਿਸੀਲਦਾਰ, ਉਹਨਾਂ ਨੂੰ ਮੰਗ ਪੱਤਰ ਦੇਵਾਂਗੇ। ਬਾਕੀ ਸਾਰੇ ਡਿਸਪਲਿਨ ਸੀਨੀਅਰ ਲੀਡਰ ਟਵਾਣਾ ਸਾਹਿਬ ਤੁਸੀਂ ਅੱਗੇ ਹੋ ਕੇ, ਖਡੂਰ ਸਾਹਿਬ ਤੁਸੀਂ, ਸਸਕਾਰ ਸਿੰਘ ਜੀ, ਹਾਂਜੀ ਦੋਨੇ ਪਾਸੇ ਦੇ ਦੇਣਾ।